A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਟੌਪ 5 ਨਿਊਜ਼ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਅੱਜ ਕੇਂਦਰ ਸਰਕਾਰ ਦਾ ਬਜਟ ਹੋਇਆ ਪੇਸ਼। ਵਿਵਾਦਾਂ 'ਚ ਦਲਜੀਤ ਦੋਸਾਂਝ ਦੀ ਨਵੀਂ ਫਿਲਮ। ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਗੁੰਡਾਗਰਦੀ, ਰੋਕਣ ਵਾਲਿਆਂ ਤੇ ਚਲਾਏ ਇੱਟਾਂ ਰੋੜੇ। ਘਰੇਲੂ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਕੀਤਾ ਖੁਦਕੁਸ਼ੀ। ਸੱਪ ਦੇ ਡੰਗਰ ਨਾਲ ਮਾਸੂਮ ਬੱਚੀ ਦੀ ਜਨਮ ਦਿਨ ਵਾਲੇ ਮੌਕੇ ਤੇ ਹੀ ਮੌਤ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਤਾਂ ਸਭ ਤੋਂ ਪਹਿਲਾਂ ਜੇਕਰ ਖਬਰ ਦਾ ਰੁਖ ਕਰਦੇ ਹਾਂ ਬਜਟ ਦਾ, ਤਾਂ ਅੱਜ ਦਾ ਦਿਨ ਜਿਹੜਾ ਹੈ, ਹਾਲਾਂਕਿ ਬਜਟ ਪੇਸ਼ ਹੋਇਆ ਤੇ 7ਵਾਂ ਬਜਟ ਜਿਹੜਾ ਇੱਥੇ ਪੇਸ਼ ਕੀਤਾ ਗਿਆ ਹੈ ਕਿਤੇ ਨਾ ਕਿਤੇ ਨਿਰਮਲਾ ਸੀਤਾਰਮਨ ਦੇ ਵੱਲੋਂ। ਪਰ ਇਸ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਕਿ ਖਾਸ ਰਹੀਆਂ ਨੇ, ਤਾਂ ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇੱਥੇ ਬਜਟ ਜਿਹੜਾ ਹੈ ਉਹ ਟੈਕਸ ਦੇ ਮਾਮਲੇ ਦੇ ਵਿੱਚ ਬਜਟ 'ਚ ਕੀ ਨਿਕਲ ਕੇ ਸਾਹਮਣੇ ਆਏ ਵੀ ਤੁਹਾਨੂੰ ਦੱਸਦੇ ਹਾਂ। ਇੱਥੇ 3 ਲੱਖ ਤੋਂ 7 ਲੱਖ ਦੀ ਆਮਦਨ ਤੇ 5% ਟੈਕਸ ਜਿਹੜਾ ਹੈ ਉਹ ਹੁਣ ਕਿਤੇ ਨਾ ਕਿਤੇ ਲੱਗੇਗਾ। ਤੇ 7 ਤੋਂ 10 ਲੱਖ ਰੁਪਏ ਦੀ ਆਮਦਨ ਜੇਕਰ ਕਿਸੇ ਦੀ ਹੈ ਤਾਂ ਉੱਥੇ ਕਿਤੇ ਨਾ ਕਿਤੇ 10% ਜਿਹੜਾ ਟੈਕਸ ਹੈ ਉਹ ਲੱਗੇਗਾ। 15 ਲੱਖ ਤੋਂ ਜ਼ਿਆਦਾ ਜਿਨ੍ਹਾਂ ਦੀ ਆਮਦਨ ਹੈ ਉਹਨਾਂ ਤੇ 30% ਦਾ ਜਿਹੜਾ ਟੈਕਸ ਹੈ ਉਹ ਲੱਗੇਗਾ। ਇਸ ਤੋਂ ਇਲਾਵਾ ਮਹਿਲਾਵਾਂ ਦੇ ਲਈ ਇਸ ਟੈਕਸ ਦੇ ਵਿੱਚ ਇਸ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਨੇ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਮਹਿਲਾਵਾਂ ਦੇ ਲਈ ਤੇ ਲੜਕੀਆਂ ਦੇ ਲਈ 3 ਲੱਖ ਕਰੋੜ ਰੁਪਏ ਅਲੱਗ ਤੋਂ ਕੱਢੇ ਗਏ ਨੇ ਜੋ ਕਿ ਮਹਿਲਾਵਾਂ ਦੇ ਹਿੱਤ ਦੇ ਵਿੱਚ ਅੱਗੇ ਜਾ ਕੇ ਕੰਮ ਆ ਸਕਦੇ ਨੇ। ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰਦੇ ਹਾਂ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਨੇ, ਤਾਂ ਇੱਥੇ ਤੁਹਾਨੂੰ ਦੱਸ ਦਈਏ ਸੋਨਾ ਚਾਂਦੀ ਹੋ ਗਿਆ, ਪਲੈਟੀਨਮ ਕਸਟਰਡ ਹੋ ਗਿਆ, ਤੇ ਜੇਕਰ ਹੋਰ ਚੀਜ਼ਾਂ ਜਿੱਦਾਂ ਕਿ ਕੈਂਸਰ ਦੀਆਂ ਜਿਹੜੀ ਦਵਾਈਆਂ ਨੇ ਉਹ ਹੋ ਗਈਆਂ, ਮੋਬਾਈਲ ਚਾਰਜਰ, ਜਿਹੜੇ ਮੋਬਾਈਲ ਬਹੁਤ ਜ਼ਿਆਦਾ ਮਹਿੰਗੇ ਆਉਂਦੇ ਨੇ ਉਹਨਾਂ ਦੇ ਚਾਰਜਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਮਹਿੰਗੇ ਮਿਲਦੇ ਸੀ, ਤਾਂ ਹੁਣ ਉਹ ਜਿਹੜੇ ਚਾਰਜਰ ਨੇ ਉਹਨਾਂ ਦਾ ਪ੍ਰਾਈਸ ਜਿਹੜਾ ਸਸਤਾ ਕਰ ਦਿੱਤਾ ਗਿਆ, ਤਾਂ ਇੱਥੇ ਕਿਤੇ ਨਾ ਕਿਤੇ ਸਸਤਾ ਕੀਤਾ ਗਿਆ। ਤੇ ਜੇਕਰ ਆਪਾਂ ਬਿਜਲੀ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਬਿਜਲੀ ਦੇ ਵਿੱਚ ਸੂਰਜ ਘਰ ਦੇ ਵਿੱਚ ਕਿਤੇ ਨਾ ਕਿਤੇ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਜਿਹੜੀ ਹੈ ਸ਼ੁਰੂ ਕੀਤੀ ਜਾਵੇਗੀ, ਤੇ ਇੱਥੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਇਸ ਯੋਜਨਾ ਦੇ ਤਹਿਤ ਕਰੋੜਾਂ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਜਿਹੜੀ ਬਿਜਲੀ ਹੈ ਉਹ ਮੁਫ਼ਤ ਮਿਲੇਗੀ। ਤਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਬਜਟ ਦੇ ਵਿੱਚ ਕਾਫੀਆਂ ਚੀਜ਼ਾਂ ਨੂੰ ਲੈ ਕੇ ਬੇਸ਼ੁਮਾਰ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ। ਪਰ ਸਭ ਤੋਂ ਵੱਡਾ ਜੇਕਰ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਲਈ ਕੀ, ਤਾਂ ਪੰਜਾਬ ਦੇ ਲਈ ਵੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਬਜਟ ਹੈ ਪੇਸ਼ ਕੀਤਾ ਗਿਆ। ਤੇ ਜੇਕਰ ਸਭ ਤੋਂ ਜ਼ਿਆਦਾ ਸੁਵਿਧਾਵਾਂ ਦੀ ਗੱਲ ਕੀਤੀ ਜਾਵੇ ਤਾਂ ਬਿਹਾਰ ਵਾਲਿਆਂ ਨੂੰ ਇਸ ਵਾਰ ਬਜਟ ਸੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਖੁੱਲ੍ਹ ਮਿਲੀ ਹੈ। ਹਾਂਜੀ, ਜੇਕਰ ਆਪਾਂ ਇੱਥੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤਾਂ ਅਗਲੀ ਖਬਰ ਇੱਥੇ ਆ ਰਹੀ ਹੈ ਕਿ ਵਿਵਾਦਾਂ 'ਚ ਦਲਜੀਤ ਦੋਸਾਂਝ ਦੀ ਨਵੀਂ ਫਿਲਮ ਆ ਚੁੱਕੀ ਹੈ। ਪੰਜਾਬ ਦੇ ਕਾਲੇ ਦੌਰ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਦੋਂ ਜਿਹੜੇ ਪੰਜਾਬ ਦੇ ਕਾਲੇ ਦੌਰ ਦੇ ਜ਼ਖਮ ਨੇ ਉਹ ਹਰੇ ਹੋ ਜਾਂਦੇ ਨੇ। ਪਰ ਜੇਕਰ ਉਹਨਾਂ ਜ਼ਖਮਾਂ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਮੂਵੀ ਜਿਹੜੀ ਹੈ ਉਹ ਇੱਥੇ ਬਣਾਈ ਜਾ ਰਹੀ ਹੈ। ਦੱਸ ਦਈਏ ਕਿ 1984 ਦੇ ਵਿੱਚ ਵੀ ਮੁੱਖ ਭੂਮਿਕਾ ਦੇ ਵਿੱਚ ਦਲਜੀਤ ਦੋਸਾਂਝ ਨਜ਼ਰ ਆਈ ਸੀ, ਪਰ ਹੁਣ ਸੈਂਸਰ ਬੋਰਡ ਦੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਸਾਬਕਾ ਮੈਂਬਰ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਇਹ ਫਿਲਮ ਇੱਥੇ ਕਿਤੇ ਨਾ ਕਿਤੇ ਬੈਨ ਹੋਣੀ ਚਾਹੀਦੀ ਹੈ। ਫਿਲਹਾਲ ਅਜੇ 95 ਜਿਹੜੀ ਫਿਲਮ ਹੈ ਇਸ ਦੇ ਉੱਤੇ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ, ਪਰ ਇਹ ਫਿਲਮ ਜਿਹੜੀ ਹੈ ਟੀਜ਼ਰ ਜਾਂ ਟ੍ਰੇਲਰ ਜਾਂ ਫਿਰ ਆਉਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਜੀ ਹਾਂ, ਵਿਵਾਦ ਇਸ ਫਿਲਮ ਨੂੰ ਲੈ ਕੇ ਕਾਫੀ ਖੜੇ ਹੋ ਰਹੇ ਨੇ, ਕਿਉਂਕਿ ਪੰਜਾਬ ਦੇ ਕਾਲੇ ਦੌਰ ਦੇ ਉੱਤੇ ਇਹ ਮੂਵੀ ਜਿਹੜੀ ਹੈ ਬਣਾਈ ਜਾਵੇਗੀ। ਦਲਜੀਤ ਦੋਸਾਂਝ ਜਿਸ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ, ਤਾਂ ਇੱਥੇ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇੱਥੇ ਜਿਹੜੀਆਂ ਚੀਜ਼ਾਂ ਨੇ ਉਹ ਮੂਵੀ ਨੂੰ ਘੇਰ ਕੇ ਖੜੀਆਂ ਹੋ ਰੱਖੀਆਂ ਨੇ। ਤਾਂ ਹੁਣ ਇੱਥੇ
ਜੇਕਰ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਤਾਂ ਹਾਲਾਂਕਿ ਦਲਜੀਤ ਦੋਸਾਂਝ ਨੇ ਕਈ ਫਿਲਮਾਂ ਜੀਆਂ ਕੀਤੀਆਂ ਨੇ ਜੋ ਕਿ ਹਾਲਾਂਕਿ ਵਿਵਾਦਾਂ ਦੇ ਵਿੱਚ ਤਾਂ ਰਹੀਆਂ ਪਰ ਕਿਤੇ ਨਾ ਕਿਤੇ ਕਾਫੀ ਹਿੱਟ ਰਹੀਆਂ। ਤਾਂ ਇੱਥੇ ਹੁਣ ਇਸ ਮੂਵੀ ਦੀਆਂ ਜਿਹੜੀ ਆਉਣ ਵਾਲੇ ਦਿਨਾਂ 'ਚ ਮੁਸ਼ਕਿਲਾਂ ਨੇ ਉਹ ਵੀ ਵੱਧਦੀਆਂ ਹੋਈਆਂ ਆਪਾਂ ਨੂੰ ਨਜ਼ਰ ਆ ਸਕਦੀਆਂ ਨੇ। ਅਗਲੀ ਨਿਊਜ਼ ਦਾ ਜੇਕਰ ਖਬਰ ਕਰੀਏ ਤਾਂ ਇੱਕ ਪਾਸੇ ਜਿੱਥੇ ਪੁਲਿਸ ਨਸ਼ਾ ਰੋਕਣ ਤੇ ਲੱਗੀ ਹੋਈ ਹੈ, ਦੂਜੇ ਹੀ ਪਾਸੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਜਿਹੜੇ ਨੇ ਉਹ ਹੁਣ ਬੁਲੰਦ ਹੁੰਦੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇੱਥੇ ਨਜਾਇਜ਼ ਸ਼ਰਾਬ ਵੇਚਦੇ ਹੋਏ ਜਿਹੜੇ ਕਿਤੇ ਨਾ ਕਿਤੇ ਲੋਕ ਨੇ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ ਨੇ। ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੁੰਦੀ ਜਾ ਰਹੀ ਹੈ, ਜਿਸ ਦੇ ਵਿੱਚ ਜੇਕਰ ਇੱਥੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਨਸ਼ਾ ਤਸਕਰ ਕਰਨ ਵਾਲੇ ਨੇ ਤਾਂ ਇਹਨਾਂ ਨੂੰ ਜਦੋਂ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦੇ ਉੱਤੇ ਹੀ ਜਿਹੜੀ ਇੱਟਾਂ ਰੋੜੇ ਨੇ ਉਹ ਚਲਾਏ ਗਏ ਨੇ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਲੋਕ ਨੇ ਇਸਦੇ ਵਿੱਚ ਜ਼ਖਮੀ ਵੀ ਹੋਏ ਨੇ। ਤਾਂ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਹੈ ਫਿਰੋਜ਼ਪੁਰ ਦੇ ਪਿੰਡ ਨਾਰੰਗ ਸਿਆਲ ਤੋਂ, ਜਿੱਥੇ ਕਿ ਪਿੰਡ ਦੇ ਲੋਕਾਂ ਵੱਲੋਂ ਹੀ ਗੁਰਪਾਲ ਸਿੰਘ ਨੂੰ ਜਦੋਂ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਜਾਂਦਾ ਹੈ ਤਾਂ ਇੱਟਾਂ ਰੋੜੇ ਉਸ ਵਿਅਕਤੀ ਦੇ ਵੱਲੋਂ ਪਿੰਡ ਵਾਸੀਆਂ ਤੇ ਚਲਾਏ ਜਾਂਦੇ ਨੇ, ਜਿਸ ਦੇ ਵਿੱਚ ਪਿੰਡ ਵਾਸੀ ਬਹੁਤ ਹਾਲਤ ਦੇ ਵਿੱਚ ਕਹਿ ਸਕਦੇ ਹਾਂ ਕਿ ਜ਼ਖਮੀ ਵੀ ਹੋਏ ਨੇ। ਪਰ ਜੇਕਰ ਇੱਥੇ ਗੱਲ ਕਰਦੇ ਹਾਂ ਨਸ਼ਿਆਂ ਦੀ ਤਾਂ ਨਸ਼ੇ ਅੱਜ ਵੀ ਪੰਜਾਬ ਦੇ ਵਿੱਚ ਖੁੱਲ੍ਹੇਆਮ ਜਿਹੜਾ ਵਿਕ ਰਿਹਾ ਹੈ ਤੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਨਸ਼ਿਆਂ ਦੇ ਉੱਤੇ ਠੱਲ ਪਾਉਣ ਦੇ ਲਈ। ਹਾਲਾਂਕਿ ਪੰਜਾਬ ਸਰਕਾਰ ਕਹਿ ਤਾਂ ਬਹੁਤ ਕੁਝ ਰਹੀ ਹੈ ਪਰ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਕਾਰਵਾਈ ਹੈ ਉਹ ਅਜੇ ਵੀ ਪੈਂਡਿੰਗ ਹੈ ਤੇ ਇੱਥੇ ਪੁਲਿਸ ਵਾਲੇ ਵੀ ਜੇਕਰ ਗੱਲ ਕਰਦੇ ਆ ਕਾਫੀ ਹੱਦ ਤੱਕ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਕਾਫੀ ਹੱਦ ਤੱਕ ਨਸ਼ਾ ਤਸਕਰਾਂ ਦੇ ਜਿਹੜੇ ਹੌਸਲੇ ਨੇ ਉਹ ਬੁਲੰਦ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਹੁੰਦੇ ਜਾ ਰਹੇ ਨੇ। ਹਾਂਜੀ, ਅਗਲੀ ਖਬਰ ਦਾ ਜੇਕਰ ਰੁਖ ਕਰਦੇ ਆ ਤਾਂ ਅਗਲੀ ਖਬਰ ਨਿਕਲ ਕੇ ਇੱਥੇ ਸਾਹਮਣੇ ਆ ਰਹੀ ਹੈ ਕਿ ਘਰੇਲੂ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖੌਫਨਾਕ ਕਦਮ। ਤਾਂ ਤੁਹਾਨੂੰ ਦੱਸ ਦਈਏ ਕਿ ਇੰਨੀ ਦਿਨਾਂ ਜਿੱਥੇ ਲੋਕਾਂ ਦਾ ਸਬਰ ਤੇ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ ਉੱਥੇ ਹੀ ਘਰੇਲੂ ਝਗੜੇ ਜਿਹੜੇ ਨੇ ਉਹਨਾਂ ਕਾਰਨ ਲੋਕ ਆਪਣੀਆਂ ਜ਼ਿੰਦਗੀਆਂ ਵੀ ਗਵਾ ਰਹੇ ਨੇ। ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਆਨੰਦ ਨਗਰ ਦੀ ਰਹਿਣ ਵਾਲੀ ਔਰਤ ਨੇ ਬੀਤੇ ਦਿਨੀ ਸੁਸਾਈਡ ਕਰ ਲਿਆ। ਜੀ ਹਾਂ, ਦੱਸ ਦਈਏ ਕਿ ਬੀਤੇ ਦਿਨੀ ਫਾਜ਼ਿਲਕਾ ਰੋਡ ਤੋਂ ਲੰਘਦੀ ਨਹਿਰ ਦੇ ਵਿੱਚ ਉਸਦੇ ਵੱਲੋਂ ਛਾਲ ਮਾਰ ਦਿੱਤੀ ਗਈ ਹੈ। ਜਦੋਂ ਇਹ ਸੂਚਨਾ ਉਸਦੇ ਭਰਾ ਨੂੰ ਮਿਲਦੀ ਹੈ ਤਾਂ ਇਹ ਸੂਚਨਾ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੀ ਟੀਮ ਵੱਲੋਂ ਇੱਥੇ ਔਰਤ ਦੀ ਜਿਹੜੀ ਲਾਸ਼ ਹੈ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਲਾਸ਼ ਇੱਥੇ ਮਿਲ ਜਾਂਦੀ ਹੈ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇੱਕ ਮਾਮਲਾ ਨਹੀਂ ਹੈ। ਪੰਜਾਬ ਦੇ ਵਿੱਚ ਅਕਸਰ ਹੀ ਅਜਿਹੇ ਜਿਹੜੇ ਬਹੁਤ ਸਾਰੇ ਮਾਮਲੇ ਨੇ ਉਹ ਦੇਖਣ ਨੂੰ ਮਿਲਦੇ ਨੇ ਤੇ ਇੱਥੇ ਜੇਕਰ ਸੁਸਾਈਡ ਦਾ ਹੋਰ ਕੇਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਹੱਦ ਤੱਕ ਜਿਹੜੇ ਸੁਸਾਈਡ ਨੇ ਉਹ ਕੀਤੇ ਜਾਂਦੇ ਨੇ ਕਿਉਂਕਿ ਅੱਜ ਕੱਲ ਸਹਿਣਸ਼ੀਲਤਾ ਬਹੁਤ ਹੱਦ ਤੱਕ ਘਟਦੀ ਜਾ ਰਹੀ ਹੈ ਲੋਕਾਂ ਨੂੰ। ਜੇਕਰ ਕੋਈ ਕਿਸੇ ਨੂੰ ਕੁਛ ਕਹਿੰਦਾ ਵੀ ਹੈ ਤਾਂ ਉਹ ਬੁਰਾ ਮੰਨ ਜਾਂਦੇ ਨੇ ਤੇ ਘਰੇਲੂ ਝਗੜੇ ਵੀ ਕਿਤੇ ਨਾ ਕਿਤੇ ਕਾਫੀ ਵੱਧਦੇ ਜਾ ਰਹੇ ਨੇ। ਆਪਸੀ ਅੰਡਰਸਟੈਂਡਿੰਗ ਇੱਥੇ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਫਿਲਹਾਲ ਜੇਕਰ ਇਸ ਖਬਰ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ ਔਰਤ ਹੈ ਕਿਤੇ ਨਾ ਕਿਤੇ ਨਹਿਰ ਦੇ ਵਿੱਚ ਛਾਲ ਮਾਰਦੀ ਹੈ। ਮਾਮਲਾ ਹਾਲਾਂਕਿ ਘਰੇਲੂ ਝਗੜੇ ਦਾ ਹੈ, ਹਸਬੈਂਡ ਦੇ ਨਾਲ ਜਿਹੜੀ ਲੜਾਈ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਮਹਿਲਾ ਜਿਹੜੀ ਹੈ ਸਕੂਟਰੀ ਦੇ ਉੱਤੇ ਜਾਂਦੀ ਹੈ ਤੇ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਹੈ। ਤਾਂ ਸਕੂਟਰੀ ਵੀ ਮੌਕੇ ਤੋਂ ਬਰਾਮਦ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ ਤੇ ਲਾਸ਼ ਦੀ ਜੇਕਰ ਗੱਲ ਕਰੀਏ ਤਾਂ ਲਾਸ਼ ਵੀ ਇੱਥੇ ਜਿਹੜੀ ਬਰਾਮਦ ਹੈ ਉਹ ਕਰ ਲਈ ਗਈ ਹੈ। ਹਾਂਜੀ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਇੱਥੇ ਅਗਲੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੱਪ ਦੇ ਡੰਗਣ ਨਾਲ ਮਾਸੂਮ ਬੱਚੀ ਦੀ ਜਨਮ ਦਿਨ ਵਾਲੇ ਦਿਨ ਹੀ ਮੌਤ ਹੋ ਗਈ ਹੈ। ਜੀ ਹਾਂ, ਦੱਸ ਦਈਏ ਕਿ ਪਿੰਡ ਉਦੈਪੁਰ ਦੇ ਵਿੱਚ ਇੱਕ ਬੱਚੀ ਜਨਮ ਦਿਨ ਵਾਲੇ ਦਿਨ ਰਾਤ ਨੂੰ ਜਦੋਂ ਆਪਣੀ ਮਾਂ ਕੋਲ ਸੌਂਦੀ ਹੈ ਤਾਂ ਉਸਨੂੰ ਠੰਡ ਲੱਗਦੀ ਹੈ, ਜਿਸ ਦੇ ਚੱਲਦੇ ਉਹ ਕਮਰੇ ਦੇ ਵਿੱਚ ਸੌਣ ਚਲੀ ਜਾਂਦੀ ਹੈ। ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਵੀ ਹੈ ਕਿ ਜਦੋਂ ਉਹ ਅੰਦਰ ਕਮਰੇ ਦੇ ਵਿੱਚ ਸੌਣ ਜਾਂਦੀ ਹੈ ਤਾਂ ਉੱਥੇ ਸੱਪ ਜਿਹੜਾ ਹੈ ਪਹਿਲਾਂ ਤੋਂ ਮੌਜੂਦ ਹੁੰਦਾ ਹੈ। ਸੱਪ ਉਸਨੂੰ
ਡੰਗ ਲੈਂਦਾ ਹੈ ਤੇ ਕਿਤੇ ਨਾ ਕਿਤੇ ਬੱਚੀ ਦੀ ਜਿਹੜੀ ਮੌਕੇ ਤੇ ਇੱਥੇ ਮੌਤ ਵੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੱਪ ਇਹਨਾਂ ਜ਼ਹਿਰੀਲਾ ਸੀ ਕਿ ਜਦੋਂ ਬੱਚੀ ਨੂੰ ਡੰਗਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਚੀ ਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਹੈ, ਪਰ ਹਸਪਤਾਲ ਦੇ ਵਿੱਚ ਜਾਂਦੇ ਸਾਰ ਹੀ ਜਿਹੜੀ ਬੱਚੀ ਦੀ ਮੌਤ ਹੈ ਉਹ ਹੋ ਜਾਂਦੀ ਹੈ। ਤਾਂ ਮੌਕੇ ਤੇ ਕਹਿ ਸਕਦੇ ਹਾਂ ਕਿ ਬੱਚੀ ਦੀ ਮੌਤ ਹੋਈ ਹੈ। ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਨਮ ਦਿਨ ਸੀ ਉਸੇ ਦਿਨ ਬੱਚੀ ਦਾ, ਤਾਂ ਉਸੇ ਦਿਨ ਹੀ ਜਿਹੜੀ ਮੌਤ ਵੀ ਉਸਨੂੰ ਆਈ ਹੈ। ਬੇਹੱਦ ਹੀ ਮੰਦਭਾਗੀ ਜਿਹੜੀ ਆਪਾਂ ਘਟਨਾ ਹੈ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ, ਜਿੱਥੇ ਉਦੈਪੁਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਬੱਚੀ ਦੀ ਜਿਹੜੀ ਮੌਤ ਹੋਈ ਹੈ ਸੱਪ ਦੇ ਡੰਗਣ ਦੇ ਨਾਲ। ਤਾਂ ਇੱਥੇ ਸਾਰੇ ਮਾਪਿਆਂ ਨੂੰ ਇੱਕ ਵਾਰ ਆਪਣੇ ਬੱਚਿਆਂ ਦਾ ਧਿਆਨ ਵੀ ਰੱਖ ਲੈਣਾ ਚਾਹੀਦਾ ਹੈ, ਕਿਉਂਕਿ ਮੀਂਹ ਤੇ ਬਰਸਾਤਾਂ ਦਾ ਮੌਸਮ ਹੈ ਤੇ ਇੱਥੇ ਸੱਪ ਜਾਂ ਹੋਰ ਜਿਹੜੇ ਕੀੜੇ ਪਤੰਗੇ ਨੇ ਉਹ ਨਿਕਲਦੇ ਨਜ਼ਰ ਵੀ ਆ ਰਹੇ ਨੇ। ਤਾਂ ਇੱਥੇ ਆਪਣੇ ਬੱਚਿਆਂ ਦਾ ਧਿਆਨ ਤੁਸੀਂ ਆਪ ਹੀ ਰੱਖ ਸਕਦੇ ਹੋ। ਤਾਂ ਇੱਥੇ ਕਿਤੇ ਨਾ ਕਿਤੇ ਇਸ ਖ਼ਬਰ ਦਾ ਜੇਕਰ ਰੁਖ ਕਰਦੇ ਹਾਂ ਤਾਂ ਫਿਲਹਾਲ ਕਹਿ ਸਕਦੇ ਹਾਂ ਕਿ ਇੱਥੇ ਬੱਚੀ ਦੀ ਜਿਹੜੀ ਸੱਪ ਦੇ ਡੰਗਣ ਦੇ ਨਾਲ ਮੌਤ ਹੋਈ ਹੈ ਤੇ ਜਨਮ ਦਿਨ ਵਾਲੇ ਦਿਨ ਹੀ ਇੱਥੇ ਕਿਤੇ ਨਾ ਕਿਤੇ ਇਸ ਬੱਚੀ ਦੀ ਮੌਤ ਹੋਈ ਹੈ। ਹਾਂਜੀ, ਤਾਂ ਇਸੇ ਤਰ੍ਹਾਂ ਟੌਪ 5 ਖਬਰਾਂ ਅਸੀਂ ਅੱਗੇ ਵੀ ਤੁਹਾਡੇ ਲਈ ਲਿਆਉਂਦੇ ਰਹਾਂਗੇ। ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ TV ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।